ਕਿੱਥੇ ਰਹਿ ਗਿਆ। ਨਮਸਕਾਰਮ, ਸਤਿ ਸ਼੍ਰੀ ਅਕਾਲ ਸਾਰੇ ਸੱਜਣਾ ਵੇਲੀਆਂ ਮਿੱਤਰਾਂ ਨੂੰ। ਹਲੇ ਹੋਣੀ ਹੈ ਅਭੀ ਤੋ ਲਾਈਵ ਸ਼ੁਰੂ ਨਹੀਂ ਹੁਆ। ਹਾਂਜੀ, ਲਓ ਜੀ ਹੁਣ ਹੋਇਆ ਸ਼ੁਰੂ। ਉਹ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਤੇ ਨੀ ਠੰਡ ਵਿੱਚ ਕੱਛੇ ਪਵਾ ਕੇ, ਪਤਾ ਨੀ ਮਾਹੀ ਕਿੱਥੇ ਰਹਿ ਗਿਆ। ਹਾਂਜੀ, ਗੁਰਪਿੰਦਰ, ਗਗਨਦੀਪ, ਪਵਨ ਘਾਰੂ, ਅੱਜ ਤੁਹਾਨੂੰ ਦਰਸ਼ਨ ਦਿਦਾਰੇ ਕਰਾਉਣੇ ਆ ਸਾਡੀ ਪਿੰਡ ਵਾਲੀ ਨਹਿਰ ਸਾਕਸ਼ਾਤ ਉੱਪਰ ਦੀ ਰੇਲਵੇ ਟਰੈਕ ਅਤੇ ਨਾਲ ਇੱਕ ਤੁਹਾਨੂੰ ਸ਼ਖਸ ਨਾਲ ਵੀ ਮਿਲਾਉਣਾ ਜੋ ਅੱਜ ਸਾਡੇ ਪਿੰਡ ਸਾਡੇ ਗ੍ਰਹਿ ਵਿਖੇ ਪ੍ਰਵੇਸ਼ ਕਰ ਚੁੱਕਿਆ। ਅੱਜ ਕਨੇਡਾ ਤੋਂ ਆਏ ਨੂੰ ਹੋ ਗਏ 6-7 ਦਿਨ ਅਤੇ 6 ਮਹੀਨੇ ਹੋ ਗਏ ਸੀ ਪਿੰਡ ਵਾਲੀ ਨਹਿਰ ਵੇਖਿਆ ਅਤੇ ਅੱਜ ਇੱਕ ਸੱਜਣ ਮੇਰੇ ਕੋਲ ਪਹੁੰਚਿਆ। ਮੈਨੂੰ ਕਹਿੰਦਾ ਬਾਈ ਨਹਿਰ ਵੇਖ ਕੇ ਆਉਣੀ। ਮੈਂ ਕਿਹਾ ਚਲੋ ਤੁਹਾਡੇ ਬਹਾਨੇ ਨਾਲ ਮੈਂ ਵੀ ਅੱਜ ਗੇੜਾ ਕੱਢ ਦਾਂ। ਇਹ ਆ ਜੀ ਖੁੱਲ੍ਹਾ ਡੁੱਲਾ ਮਾਹੌਲ ਸਾਡੇ ਪਿੰਡ ਦਾ। ਰਿਸ਼ਵ ਅਰੋੜਾ, ਸੁਨੀਲ ਸਿੰਘ ਮੱਟੂ, ਗੁਰ ਸੇਵਕ, ਸੁਨੀਤਾ ਸਿੰਘ ਮੀਤ, ਅੰਬਰ ਸੰਧੂ। ਇਹ ਅੰਬਰ ਸੰਧੂ, ਇਹਨੂੰ ਪਤਾ ਚੱਲ ਗਿਆ ਵੀ ਬੰਦਾ ਕੌਣ ਹੈ। ਸੋ ਤੁਹਾਡੀਆਂ ਫੇਸਬੁੱਕ ਹੀ ਤਾੜੀਆਂ ਪੇਸ਼ ਕਰਨ ਜਾ ਰਿਹਾ ਕੁਲਦੀਪ ਰਠੌੜ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਿਆਂ ਨੂੰ। ਇਹ ਕੀ ਹੋ ਗਿਆ? ਦਿਸ ਔਰ ਦੈਟ, ਇਹ ਕਿਆ ਚੱਲ ਗਿਆ? ਇਸ ਕੋ ਬੰਦ ਇਹ ਕਿਆ ਨਹੀਂ ਲੱਗਿਆ ਯਾਰ, ਇਹ ਆਪਣੇ ਕੋਈ ਕਿੱਥੇ ਰਿਹਾ? ਓ ਮਾਈ ਗੋਡ, ਯਾ ਅਬ ਸੈੱਟ ਹੈ। ਸੰਧੂ ਸਾਹਿਬ ਰਠੌੜ ਮੇਰੇ ਨਾਲ ਹੈ। ਸੋ ਅਸੀਂ ਥੋੜ੍ਹਾ ਜਿਹਾ ਘਰੋਂ ਬਾਹਰ ਨਿਕਲਣ ਲਈ ਆਏ ਸੀ। ਗਗਨਦੀਪ ਕਹਿੰਦਾ ਬਾਈ ਫਿਸ਼ਿੰਗ ਦਾ ਇਰਾਦਾ ਤਾਂ ਨਹੀਂ ਅੱਜ? ਨਹੀਂ 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 ਭਰਾਵਾ, ਤੌਬਾ ਤੌਬਾ ਤੌਬਾ। ਪੁਨੀਤ ਜੈਸਵਾਲ, ਦੇਖੀ ਬਾਈ ਧਿਆਨ ਨਾਲ? ਹਾਂਜੀ ਹਾਂਜੀ, ਮੈਂ ਧਿਆਨ ਨਾਲ ਵੀ ਹਾਂ ਅਤੇ ਰਠੌੜ ਨਾਲ ਵੀ। ਠੀਕ ਠਾਕ ਸੰਧੂ ਸਾਹਿਬ, ਤੁਸੀਂ ਸੁਣਾਓ ਮਹਾਰਾਜ? ਦੇਵ ਭੁੱਲਰ ਵੀਰ ਕਹਿੰਦਾ ਆ ਗਿਆ ਆ ਗਿਆ, ਫੋਟੋਆਂ ਹੋ ਜਾਏ ਲਾਈਵ ਰਠੌੜ ਸਾਹਿਬ। ਲੈ ਬਈ ਆ ਗਈ ਫਰਮਾਇਸ਼ ਤੇ ਕਰਦੇ ਫਿਰ ਸੋਹਣੇ ਆ ਪੂਰੀ। ਤੁਸੀਂ ਸੁਣਾਓ, ਮੈਂ ਵੀ ਸੁਣਾਉਂਗਾ ਥੋੜ੍ਹਾ ਥੋੜ੍ਹਾ। ਭੁੱਲਰ ਸਾਹਿਬ, ਠੰਡ ਤਾਂ ਕਾਹਦੀ ਲੱਗਣੀ ਆ, ਤਾਂ ਕੱਛੇ ਚ ਕੈਨੇਡਾ ਸੁੱਖ ਨਾਲ ਥੋੜ੍ਹੀ ਥੋੜ੍ਹੀ ਗਰਮੀ ਹੈ। ਹੁਣ ਸ਼ਾਮ ਪੈ ਗਈ, ਮੌਸਮ ਠੰਡਾ ਹੋ ਰਿਹਾ ਅਤੇ ਰਠੌੜ ਕੋਲੋਂ ਆਪਾਂ ਸੁਣਦੇ ਹਾਂ ਫੋਟੋਆਂ, ਥੋੜ੍ਹਾ ਜਿਹਾ ਮੈਂ ਵੀ ਗਾਊਂਗਾ। ਆਓ ਭੁੱਲਰ ਸਾਹਿਬ, ਭੁੱਲਰ ਪ੍ਰਦੀਪ, ਰਣਜੀਤ, ਹਰਮਨ ਭਾਅ ਜੀ ਕਹਿੰਦੇ ਸਾਡੇ ਨਾਲ ਨੇ, ਸਤਿ ਸ਼੍ਰੀ ਅਕਾਲ ਜੀ। ਲੈ ਪਰ ਫੋਟੋਆਂ ਸੁਣਾਉਣ ਲੱਗੇ ਹਾਂ ਦੋਵੇਂ ਜਣੇ, ਥੋੜ੍ਹਾ ਜਿਹਾ ਮੈਂ ਸੁਣਾਉਣਾ, ਉਸ ਤੋਂ ਬਾਅਦ ਆਪਾਂ ਕੁਲਦੀਪ ਕੋਲੋਂ ਸੁਣਨਾ। ਅਤੇ ਹੋ ਤੂੰ ਕੀ ਜਾਣੇ ਤੇਰੇ ਬਾਜੋਂ, ਹੋ ਤੂੰ ਕੀ ਜਾਣੇ ਤੇਰੇ ਬਾਜੋਂ, ਨੀਂਦਰਾਂ ਨਾ ਆਉਂਦੀਆਂ ਤੇਰੀ ਫੋਟੋਆਂ ਨੂੰ ਵੇਖ ਕੇ, ਇਹ ਅੱਖੀਆਂ ਰੋਂਦੀਆਂ ਜੇ ਤੇਰੀ ਫੋਟੋਆਂ ਨੂੰ ਵੇਖ ਕੇ, ਇਹ ਅੱਖੀਆਂ ਰੋਂਦੀਆਂ। ਉਹ ਇੱਕ ਵਾਰੀ ਆਣ ਮੈਨੂੰ ਮਿਲ ਜਾ, ਮੈਂ ਤਾਂ ਅੱਜ ਵੀ ਖੜੀ ਆ ਉਸੇ ਮੋੜ ਤੇ, ਲੈ ਜਾ ਬਰਨਾਲੇ ਆ ਕੇ ਸੁਣਿਆ, ਆ ਵੇਖ ਦੋਵੇਂ ਹੱਥ ਤੇਰੇ ਅੱਗੇ ਜੋੜ ਤੇ, ਦੋਵੇਂ ਹੱਥ ਤੇਰੇ ਅੱਗੇ ਜੋੜ ਤੇ। ਉਹ ਕਲਮਾਂ ਕੁਲਦੀਪ ਰਠੌੜ ਦੀਆਂ, ਉਹ ਕਲਮਾਂ ਕੁਲਦੀਪ ਰਠੌੜ ਦੀਆਂ, ਗੁਣ ਤੇਰੇ ਗਾਉਂਦੀਆਂ ਤੇਰੀ ਫੋਟੋਆਂ ਨੂੰ
ਵੇਖ ਕੇ ਇਹ ਅੱਖੀਆਂ ਰੋਂਦੀਆਂ। ਬਹੁਤ ਕਮਾਲ ਦਾ ਰਾਈਟਰ ਹੈ ਮੇਰਾ ਵੀਰ, ਛੋਟਾ ਵੀਰ ਹੈ ਅਤੇ ਕੱਲ੍ਹ ਨੂੰ ਆਪਣੇ ਕਨੇਡਾ ਵਾਲੇ ਪ੍ਰਮੋਟਰ ਅਤੇ ਆਈ ਡੀ ਇਮੀਗ੍ਰੇਸ਼ਨ ਵਾਲੇ ਭਾਜੀ ਉਹਨਾਂ ਨੇ ਆਉਣਾ, ਉਹਨਾਂ ਨੇ ਸੈਮੀਨਾਰ ਕਰਨਾ ਅਤੇ ਬਜਾਜ ਬੈਂਕਟ ਹਾਲ 10 ਵਜੇ ਸਵੇਰੇ। ਜਿਹੜੇ ਜਿਹੜੇ ਵੀ ਵੀਰ ਮੇਰੇ ਪਹੁੰਚ ਸਕਦੇ ਆ ਫਿਰੋਜ਼ਪੁਰ ਤੋਂ ਜਾਂ ਨੇੜੇ ਤੇੜੇ ਤੋਂ, ਉਹ ਜ਼ਰੂਰ ਪਹੁੰਚਿਓ, ਕਿ ਜਿਹੜੇ ਬਾਹਰ ਜਾਣ ਦੇ ਚਾਹਵਾਨ ਨੇ ਹੈ ਨਾ, ਉਹਨਾਂ ਨੂੰ ਸਾਰਾ ਸਮਝਾਉਣਗੇ ਦੱਸਣਗੇ, ਅਤੇ ਰੱਬ ਤੁਹਾਡਾ ਭਲਾ ਕਰੇ। ਕਮਲ ਕੁਮਾਰ ਥੈਂਕ ਯੂ, ਭੁੱਲਰ ਸਾਹਿਬ ਕਹਿੰਦੇ ਸਾਨੂੰ ਮਿਲੇ ਨਹੀਂ, ਜ਼ਰੂਰ ਮਹਾਰਾਜ ਕੱਲ੍ਹ ਨੂੰ ਘਰੋਂ ਨਿਕਲਣਾ ਬਾਹਰ, ਕਿਉਂਕਿ ਜਦੋਂ ਆਇਆ ਸੀ ਕੰਮ ਬਾਹਲੇ ਪੈਂਡਿੰਗ ਪਏ ਸੀਗੇ, ਉਹ ਇਸ ਕਰਕੇ ਨਿਕਲਿਆ ਨਹੀਂ ਗਿਆ। ਅਤੇ ਤੁਹਾਨੂੰ ਵੀ ਸੱਦਾ ਪੱਤਰ ਹੈ ਕਿ ਕੱਲ੍ਹ ਨੂੰ 10 ਵਜੇ ਬਜਾਜ ਬੈਂਕਟ ਹਾਲ ਫਿਰੋਜ਼ਪੁਰ ਸ਼ਹਿਰ, ਥੋੜ੍ਹਾ ਬਹੁਤ ਗਾਉਣ ਵਜਾਉਣ ਵੀ ਕਰਾਂਗੇ ਸਾਰੇ ਜਣੇ ਰਲ ਮਿਲ ਕੇ, ਅਤੇ ਜ਼ਰੂਰ ਪਹੁੰਚੋ। ਅੰਮ੍ਰਿਤਪਾਲ ਢੋਟ ਭਾਅ ਜੀ ਢੋਟ ਗਰੁੱਪ ਸਾਡੇ ਉਹ ਆ ਰਹੇ ਨੇ, ਅਤੇ ਨਵਨੀਤ ਕੁਮਾਰ ਜੀ ਆਈਡੀਆ ਇਮੀਗ੍ਰੇਸ਼ਨ ਕੈਨੇਡਾ ਤੋਂ ਉਹਨਾਂ ਨੇ ਪਹੁੰਚਣਾ, ਅਤੇ ਆਪਣੀ ਸਾਰੀ ਟੀਮ ਪਹੁੰਚੂਗੀ ਅਤੇ ਲਾਵਾਂਗੇ ਰੌਣਕਾਂ ਛੌਣਕਾਂ। ਐਂਡ ਕੁਲਦੀਪ ਦਾ ਗਾਣਾ ਇੱਕ ਹੋਰ ਆ ਰਿਹਾ ਸੈਲਫੀ, ਜਿਹਦੀ ਆਪਾਂ ਵੀਡੀਓ ਸ਼ਾਇਦ ਕਿੰਨੇ 1-2 ਮਹੀਨੇ ਹੋ ਗਏ ਹੈ ਨਾ ਪਾਈ ਸੀਗੀ ਲਾਈਵ ਦੀ, 1-2 ਮਹੀਨੇ ਹੋ ਗਏ ਪਹਿਲਾਂ ਪਾਈ ਸੀਗੀ, ਜਿਹੜੀ ਇਕੱਠਿਆਂ ਨੇ ਕੀਤੀ ਸੀਗੀ ਸੈਲਫੀ, ਹਾਲੇ ਤੱਕ ਵੀ ਮੋਬਾਈਲ 'ਚ ਪਵਾਈ, ਅਤੇ ਉਹਦਾ ਹਾਂ ਰਿਸਪੋਂਸ ਬਹੁਤ ਘੈਂਟ ਮਿਲਿਆ ਸੀਗਾ, ਸੋ ਤਾਂਹੀਂ ਉਹਨੂੰ ਰਿਕਾਰਡ ਵੀ ਕਰ ਲਿਆ ਅਤੇ ਉਹਦਾ ਵੀਡੀਓ ਵੀ ਤਕਰੀਬਨ ਬਣ ਹੀ ਚੁੱਕਿਆ, ਅਤੇ ਬਸ ਉਹਨੂੰ ਰਿਲੀਜ਼ ਕਰਾਂਗੇ ਬਹੁਤ ਜਲਦੀ, ਅਤੇ ਉਹਨੂੰ ਸਾਰਿਆਂ ਨੇ ਪਿਆਰ ਦੇਣਾ। ਅਤੇ ਆਪਾਂ ਹੁਣ ਪੜ੍ਹ ਲਈਏ, ਗੱਗੀ ਨੰਗਲੀਆ ਅੰਬਰ ਸੰਧੂ ਕੀ ਕਹਿ ਰਹੇ, ਸੰਧੂ ਸਾਹਿਬ ਬਿਲੇਵਰ ਸਦੀਕ ਜੀ ਵਾਲਾ ਹੋ ਜੇ ਮਾੜਾ ਜਿਹਾ, ਜੱਸੀ ਲੱਖੋ ਕੇ ਅਮਨਦੀਪ ਸਿੰਘ, ਸਦੀਕ ਸਾਹਿਬ ਦਾ ਗਾਣਾ ਮੈਂ ਬੜਾ ਖੁਸ਼ ਹੋ ਕੇ ਗਾਉਣਾ ਹੁਣ। ਸਦੀਕ ਸਾਹਿਬ ਮੇਰੇ ਫੇਵਰੇਟ ਆਰਟਿਸਟ ਨੇ, ਕਿਉਂਕਿ ਉਹ ਪੰਜਾਬੀ ਗਾਇਕੀ ਦੇ ਬਾਬਾ ਬੋੜ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹਨਾਂ ਦਾ ਮੈਂ ਗਾਣਾ ਸੁਣਾਉਣਾ। ਉਹ ਸੁਣ ਲੈ ਜੱਟ ਝੂਠ ਨਾ ਮਾਰੇ, ਤੇ ਇੱਥੋਂ ਕੀ ਲੁੱਕ ਮੁਟਿਆਰੇ, ਮਿਲ ਗਈ ਸੀ ਪਹਿਲੇ ਤੋੜ ਦੀ, ਉਹਦੇ ਕੀ ਦੱਸਾਂ ਕਾਰੇ, ਜਾਦੂ ਜਿਹਾ ਕਰ ਗਈ ਨੀ, ਗੁੱਸਾ ਨਾ ਕਰੀ ਹਾਨਣੇ, ਪੀ ਬੈਠਾ ਕਰਦੀ ਨੀ, ਗੁੱਸਾ ਨਾ ਕਰੀ ਪਟੋਲਿਆ। ਇਹਨਾਂ ਕਿਉਂਕਿ ਮੈਂ ਸਦੀਕ ਸਾਹਿਬ ਦੇ ਬਹੁਤ ਗਾਣੇ ਸੁਣੇ, ਬਹੁਤ ਜ਼ਿਆਦਾ ਡੁਏਟ ਸਿੰਗਰ, ਡੁਏਟ ਗਾਣੇ ਸਿੰਗਰ ਕਹੀਏ ਨਾ। ਐਂਡ ਭੁੱਲਰ ਸਾਹਿਬ ਕਹਿੰਦੇ ਧੀ ਸੌਂਗ ਸੁਣਾ ਦਿਓ ਜੋਤੀ ਫਿਲਮ ਵਾਲਾ, ਹਾਂਜੀ ਬਿਲਕੁਲ ਸੁਣਾਊਂਗਾ ਜੀ, ਲਵ ਯੂ ਵੀਰ ਜੱਸੀ ਲੱਖੋ ਕੇ, ਲਵ ਯੂ ਟੂ ਬ੍ਰਦਰ। ਹੋ ਰੱਬਾ ਸੁਣਦਾ ਨੀ ਅਰਦਾਸਾਂ, ਧੀਆਂ ਦੇ ਪਿਓ ਜਾਉਂਦੀਆਂ ਲਾਸ਼ਾਂ, ਉਹ ਨਾ ਜੀ ਸਕਦੇ ਨਾ ਮਰ ਸਕਦੇ, ਨਾ ਜੀ ਸਕਦੇ ਨਾ ਮਰ ਸਕਦੇ, ਇੱਕ ਐਸੀ ਬਦਨਸੀਬੀ ਇੱਕ ਘਰ ਵਿੱਚ ਨਾ ਦਈਓ ਰੱਬਾ ਧੀਆਂ ਅਤੇ ਗਰੀਬੀ, ਇੱਕ ਘਰ ਵਿੱਚ ਨਾ ਦਈਓ ਰੱਬਾ ਧੀਆਂ ਅਤੇ ਗਰੀਬੀ। ਠੀਕ ਹੈ ਜੀ, ਬੱਬੂ ਮਨਦੀਪ ਬੱਬੂ ਭਾਅ ਜੀ ਕਹਿੰਦੇ ਪਿਆਰਿਆਣੇ ਵਾਲੀ ਨਹਿਰ ਹੈ ਕਿ ਮਾਲਵਾਲ ਵਾਲੀ, ਇਹ ਭਾਅ ਜੀ ਸਾਡੇ ਪਿੰਡ ਮਾਲਵਾਲ ਵਾਲੀ ਨਹਿਰ ਆ, ਉਹ ਦੇਖੋ ਸਾਡਾ ਪਿੰਡ ਇੱਥੋਂ ਦੂਰ ਦਿਸ ਰਿਹਾ, ਥੋੜ੍ਹਾ ਥੋੜ੍ਹਾ ਦੇਖਦਾ, ਇਹ ਸਾਡੇ ਪਿੰਡ ਵਾਲੀ ਨਹਿਰ ਹੈ। ਅਤੇ ਅਮਰਿੰਦਰ ਸਿੰਘ ਥਿੰਦ ਠੀਕ ਠਾਕ ਵੀਰ ਜੀ, ਬਹੁਤ ਵਧੀਆ ਤੁਸੀਂ ਸੁਣਾਓ। ਇੱਕ ਕੁਲਦੀਪ ਬਹੁਤ ਸੋਹਣਾ ਗਾਣਾ ਗਾਉਂਦਾ, ਮੈਂ ਜਦੋਂ ਮੈਂ ਆਇਆ ਸੀ ਮੈਂ ਚੰਡੀਗੜ੍ਹ ਇਹਨਾਂ ਕੋਲ ਗਿਆ ਸੀ, ਯਾਰ ਰੋਟੀ ਵਾਲਾ ਮਾੜਾ ਜਿਹਾ ਗਾਣਾ ਸੁਣਾ ਦੇ, ਪਤਾ ਨਹੀਂ ਕਿਹੜੇ ਵੀਰ ਦਾ ਲਿਖਿਆ ਇਹ, ਮੈਂ ਉਹਨੂੰ ਜਾਣਦਾ ਨਹੀਂ, ਜੀਤ ਵੀਰ, ਜੀਤ ਦਾ ਲਿਖਿਆ ਹੋਇਆ ਗਾਣਾ, ਐਂਡ ਬਹੁਤ ਸੋਹਣੇ ਲਿਰਿਕਸ, ਗਾਉਂਦਾ ਤਾਂ ਤੁਹਾਨੂੰ ਪਤਾ ਹੀ ਆ, ਘੈਂਟ ਹੀ ਆ ਪਹਿਲਾਂ ਹੀ ਆਪਣਾ ਬਾਈ। ਅਤੇ ਆਪਾਂ ਹੁਣ ਇੱਕ ਗਾਣਾ ਸੁਣਨਾ ਥੋੜ੍ਹਾ ਜਿਹਾ ਜਿੰਨਾ ਕੁ ਆਉਂਦਾ ਹੋਇਆ ਹੈ ਨਾ,
ਰਸੌੜ ਸਾਹਿਬ ਕਿਵੇਂ ਸਾਡੀ ਸਾਈਡ 'ਤੇ ਘੁੰਮ ਰਹੇ? ਗਗਨ ਸ਼ਰਮਾ ਕਹਿ ਰਹੇ ਆ ਤੁਹਾਨੂੰ, ਇੱਧਰ ਆ ਜਾਓ, ਮੇਰਾ ਤਾਂ ਟ੍ਰੇਨ ਆ ਗਈ, ਥੋੜ੍ਹਾ ਜਿਹਾ ਐਨੂੰ ਹੋ ਜਾਓ। ਉਹਨਾਂ ਚਿਰ ਰੋਟੀ ਵਾਲਾ ਗਾਣਾ ਸੁਣਾ ਦੇ ਮੇਰਾ ਭਰਾ, ਤੁਸੀਂ ਮੈਂ ਭੁੱਲ ਗਿਆ, ਮੈਂ ਯਾਦ ਕਰ ਲੈਂਦਾ। ਆ ਗਿਆ ਜੀ, ਉਹ ਸੀ ਪਰਦੇਸੀ ਵੀਰਾਂ ਦੇ ਲਈ ਜਿਨ੍ਹਾਂ ਨੂੰ ਸਾਰਾ ਕੁਝ ਮਿਲ ਜਾਂਦਾ ਪਰ ਇੱਕ ਮਾਂ ਦੀ ਕਦਰ, ਵਾਹ ਵਾਹ, ਮਾਂ ਵਰਗੀ ਚੀਜ਼ ਨਹੀਂ ਕਹਿ ਸਕਦੇ, ਮਾਂ ਵਰਗੇ ਅਨਮੁੱਲੀ ਆਪਾਂ ਜੋ ਕਹਿ ਦਿੰਦੇ ਹਾਂ ਕਿਤੇ ਨਹੀਂ ਮਿਲਦੀ। ਬਿਲਕੁਲ, ਉਹ ਸਾਡੇ ਵੀਰ ਜੀਤ ਵੀਰ ਨੇ ਲਿਖਿਆ ਦੋ ਲੈਣਾ। ਹਾਈ ਡਾਲਰ ਵੀ ਅੰਮੀ ਕਮਾਉਣੇ ਸਿੱਖ ਲੇ, ਮੈਂ ਸ਼ਰਟਾਂ ਨੂੰ ਬਟਣ ਵੀ ਲਾਉਣੇ ਸਿੱਖ ਲੇ। ਵਾਹ ਵਾਹ, ਡਾਲਰ ਵੀ ਅੰਮੀ ਕਮਾਉਣੇ ਸਿੱਖ ਲੇ, ਮੈਂ ਸ਼ਰਟਾਂ ਨੂੰ ਬਟਣ ਵੀ ਲਾਉਣੇ ਸਿੱਖ ਲੇ। ਉਹ ਵੱਜਦੀ ਐ ਸੂਈ ਜਦੋਂ ਰੋਂਦੇ ਨੂੰ ਵਰਾਉਣ ਲਈ, ਤੂੰ ਹੀ ਇੱਕ ਬਸ ਮੇਰੇ ਕੋਲ ਨਹੀਂ ਹੁੰਦੀ। ਉਹ ਕਾਲਰਾਂ ਕਫਾਂ ਚੁਮਾਏ ਜਾਂਦੀ ਨਹੀਂ ਉਹ ਮੈਲ, ਇੱਕ ਤੇਰੇ ਜਿੰਨੀ ਰੋਟੀ ਮੇਰੇ ਤੋਂ ਗੋਲ ਨਹੀਂ ਹੁੰਦੀ। ਕਾਲਰਾਂ ਕਫਾਂ ਚੁਮਾਏ ਜਾਂਦੀ ਨਹੀਂ ਉਹ ਮੈਲ, ਇੱਕ ਤੇਰੇ ਜਿੰਨੀ ਰੋਟੀ ਮੇਰੇ ਤੋਂ ਗੋਲ ਨਹੀਂ ਹੁੰਦੀ। ਵਾਹ 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 ਵਾਹ, ਕਿਆ ਬਾਤ ਹੈ। ਕਾਲਰਾਂ ਕਫਾਂ ਚੋਂ ਮਾਏ ਜਾਂਦੀ ਨਹੀਂ ਉਹ ਮੈਲ, ਇੱਕ ਤੇਰੇ ਜਿੰਨੀ ਰੋਟੀ ਮੇਰੇ ਤੋਂ ਗੋਲ ਨਹੀਂ ਹੁੰਦੀ। ਕਿਆ ਬਾਤ ਹੈ, ਬਹੁਤ ਸੋਹਣਾ ਗਾਣਾ। ਅਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਵੀ ਗਾਣੇ ਜਿਹੜੇ ਉਹ ਗਾਈਏ ਜਿਹੜੇ ਸਾਰੇ ਲੋਕ, ਸਾਰੇ ਪਰਿਵਾਰ ਸੁਣ ਸਕਣ। ਸੋ ਨਾਲ ਨਾਲ ਥੋੜ੍ਹਾ ਬਹੁਤ ਆਪਦੇ ਯਾਰਾਂ ਬੇਲੀਆਂ ਮਿੱਤਰਾਂ ਦਾ ਵੀ ਖਿਆਲ ਰੱਖਣਾ ਪੈਂਦਾ, ਉਹਨਾਂ ਦੇ ਮਤਲਬ ਦੇ ਗਾਣੇ ਵੀ ਕਰੀ ਜਾਈਦੇ ਆ। ਸੋ ਆਪਣੇ ਬੀਟ ਗਾਣੇ ਹੁਣ ਤਿਆਰ ਆ, ਗੱਭਰੂ ਦੀ ਬੇਬੇ, ਉਸ ਤੋਂ ਬਾਅਦ ਕੁੰਡਲੀ, ਦੋਵੇਂ ਗਾਣੇ ਆਡੀਓ ਉਹਨਾਂ ਦੇ ਰੈਡੀ ਆ। ਵੀਡੀਓ ਦਾ ਪ੍ਰੋਸੈਸ 'ਚ ਕੰਮ, ਛੇਤੀ ਵੀਡੀਓ ਵੀ ਕਰਾਂਗੇ ਅਤੇ ਬਹੁਤ ਜਲਦੀ ਤੁਹਾਨੂੰ ਗਾਣੇ ਵੇਖਣ ਨੂੰ ਅਤੇ ਸੁਣਨ ਨੂੰ ਮਿਲਣਗੇ। ਸੋ ਸਾਰੇ ਜਣੇ ਪਹਿਲਾਂ ਵਾਂਗੂ ਸਪੋਰਟ ਕਰਿਓ, ਫੇਕ ਵਿਊ ਆਪਾਂ ਕਰਾਉਣੇ ਨਹੀਂ, ਜਿੰਨੇ ਹੋ ਗਏ ਬਸ ਉਹਨਾਂ ਲਈ ਸਬਰ ਸੰਤੋਖ। ਆਪਾਂ ਨੂੰ ਵੱਧ ਦੱਸੋ, ਟ੍ਰੇਨ ਵੀ ਆ ਰਹੀ ਆ ਅਤੇ ਲੱਕੀ ਸ਼ਖਾਵਤ, ਹਾਂਜੀ ਹਾਂਜੀ ਆ ਗਏ ਜੀ ਮਹਾਰਾਜ, ਅਸੀਂ ਪਹੁੰਚ ਚੁੱਕੇ ਹਾਂ ਆਪਦੇ ਵਤਨਾਂ ਨੂੰ, ਆਪਣੇ ਘਰ ਨੂੰ। ਅਤੇ ਸਾਡੇ ਵੱਡੇ ਭਾਅ ਜੀ ਜੋਤ ਅਬੋਹਰ, ਮੈਂ ਠੀਕ ਹਾਂ ਭਾਅ ਜੀ, ਤੁਸੀਂ ਸੁਣਾਓ ਜੀ, ਪਰਿਵਾਰ ਸਭ ਠੀਕ ਠਾਕ ਹੈ? ਸਭ ਬੜੀ ਕਿਰਪਾ ਮਾਲਕ ਦੀ। ਸੋ ਨਵੀਆਂ ਨਵੀਆਂ ਅਪਡੇਟਸ ਹੁਣ ਤੁਹਾਨੂੰ ਜਲਦੀ ਜਲਦੀ ਦਿੰਦੇ ਰਹਾਂਗੇ। ਸੋ ਕੁਲਦੀਪ ਥੋੜ੍ਹਾ ਜਿਹਾ ਇੱਧਰ ਨੂੰ ਆ ਜਾ, ਕਿਉਂਕਿ ਟ੍ਰੇਨ ਆ ਰਹੀ ਹੈ, ਆਪਾਂ ਹਵਾ ਨਾਲ ਉੱਡ ਕੇ ਉੱਧਰ ਵੀ ਡਿੱਗ ਸਕਦੇ ਨਹਿਰ 'ਚ ਵੀ। ਉਹ ਵਾਹ ਵਾਹ ਵਾਹ, ਜੋਤ ਭਾਅ ਜੀ ਕਹਿੰਦੇ ਮਾੜੀ ਜੱਚਦੀ ਨਹੀਂ। ਹਾਂ, ਮੈਂ ਸਾਰਿਆਂ ਨੂੰ ਇਹ ਗੱਲ ਯਾਦ ਕਰਾਉਣਾ ਕਿ ਸਾਡਾ 2009 ਜਾਂ 10 ਵਿੱਚ ਜਦੋਂ ਮੈਂ ਮਤਲਬ ਗਾਉਣਾ ਹਜੇ ਸ਼ੁਰੂ ਕੀਤਾ ਸੀਗਾ ਅਤੇ ਸਾਡੇ ਗਾਣੇ ਰਿਕਾਰਡ 2 ਹੋਏ ਸੀ। ਸਾਹਿਲ ਸ਼ਰਮਾ ਭਾਅ ਜੀ ਅਬੋਹਰ ਤੋਂ ਨੇ, ਉਹ ਵੀ ਉਹਨਾਂ ਨੇ ਰਿਕਾਰਡ ਕੀਤੇ ਸੀ। ਇੱਕ ਯਾਰ ਹਥਿਆਰ ਸੀ ਅਤੇ ਇੱਕ ਸੀਗਾ ਜੋਤ ਭਾਅ ਜੀ ਦਾ ਲਿਖਿਆ ਹੋਇਆ ਮਾੜੀ ਜੱਚਦੀ ਨਹੀਂ। ਮੈਨੂੰ ਲੱਗਦਾ ਇਨ ਫਿਊਚਰ ਮੈਂ ਉਸ ਗਾਣੇ ਨੂੰ ਦੁਬਾਰਾ ਰਿਕਾਰਡ ਕਰੂੰਗਾ ਕਿਉਂਕਿ ਗਾਣਾ ਬਹੁਤ ਸੋਹਣਾ ਸੀਗਾ। ਪਰ ਉਦੋਂ ਸਾਨੂੰ ਇੰਨਾ ਫੇਸਬੁੱਕ ਦਾ ਵੀ ਨਹੀਂ ਸੀਗਾ, ਉਦੋਂ ਘੱਟ ਵੱਧ ਲੋਕ ਚਲਾਉਂਦੇ ਸੀ, ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ। ਅਤੇ ਯੂਟਿਊਬ ਦਾ ਵੀ ਉਦੋਂ ਘੱਟ ਵੱਧ ਹੀ ਪਤਾ ਸੀ ਅਤੇ ਉਦੋਂ ਗਾਣਾ ਰਿਕਾਰਡ ਕੀਤਾ ਸੀ, ਉਹ ਮੈਂ ਸੁਣਾਉਣਾ। ਉਹ ਜੀਨੂੰ ਅਸੀਂ ਨਿੱਤ ਤੱਕਦੇ ਹਾਂ ਉਹ ਸਾਨੂੰ ਤੱਕਦੀ ਨਹੀਂ, ਜੀਨੂੰ ਅਸੀਂ ਨਿੱਤ ਤੱਕਦੇ ਹਾਂ ਉਹ ਸਾਨੂੰ ਤੱਕਦੀ ਨਹੀਂ, ਉਹ ਮਿੱਤਰਾਂ ਨੂੰ ਮਾੜੀ ਜੱਚਦੀ ਨਹੀਂ ਤੇ ਸੋਹਣੀ ਫਸਦੀ ਨਹੀਂ, ਮਿੱਤਰਾਂ ਨੂੰ ਮਾੜੀ ਜੱਚਦੀ ਨਹੀਂ ਤੇ ਸੋਹਣੀ ਫਸਦੀ ਨਹੀਂ। ਉਹ ਜੋਤ ਅਬੋਹਰ ਵਾਲਾ ਉਹਦੀ ਗਲੀ 'ਚ ਗੇੜੀ ਲਾਵੇ, ਉਹ ਵੀ ਨਗਰੋਂ ਜਾਣ ਜਾਣ ਕੇ ਸਾਡਾ ਦਿਲ ਤੜਫਾਵੇ, ਉਹ ਨੰਬਰ ਲਿਖ ਕੇ ਪਰਚੀ ਸੁੱਟੀ ਕਮਲੀ ਚੱਕਦੀ ਨੀ, ਮਿੱਤਰਾਂ ਨੂੰ ਮਾੜੀ ਜੱਚਦੀ ਨੀ ਤੇ ਸੋਹਣੀ ਫਸਦੀ ਨੀ, ਮਿੱਤਰਾਂ ਨੂੰ ਮਾੜੀ ਜੱਚਦੀ ਨੀ ਤੇ ਸੋਹਣੀ ਫਸਦੀ ਨੀ। ਇਹ ਗਾਣਾ ਸੀ, ਇਹਨੂੰ ਦੁਬਾਰਾ ਜ਼ਰੂਰ ਰੀਪ੍ਰਜੈਂਟ ਕਰਾਂਗੇ ਆਪਾਂ। ਅਤੇ ਸੰਦੀਪ ਕਪੂਰ ਐਂਡ ਗੁਰਸੇਵਕ ਕਹਿੰਦਾ ਸਦੀਕ, ਸਭ ਦੀ ਮਿਮਿਕਰੀ ਮੈਂ ਪਹਿਲਾਂ ਸੁਣਾਤੀ ਹੈ ਵੀਰੇ। ਨਹੀਂ ਉਹ ਭੁੱਲਣਾ ਵਿਛੋੜਾ ਤੇਰਾ,
सारे दुख भुल जाणगे, नहीं ओ भुलना। स्वीनिक मिमिक्री कबूल करियो ते बस इन्नियां कु गल्लां बातां अज करनियां सी। एक मैं कहा सारिआं नूं पता लग जाए भी मैं वापस आ गया ते बहुत मिस कर रहे हैं कनेडा वाले वीरां नूं भी जिन्हां ने बहुत साथ दिता उत्थे कनेडा दे विच भी। ते इत्थों वाले तां प्यार करदे ही आ, सारे सपोर्ट करदे आ। ते नवी इंसा जी सानू भी सुना दो, सानू भी सुना दो। सुनो जी तुसी की सुनना चाहुंदे हो महाराज? अंशी धवन कहिंदे ने कि वीडियो औसम बनाना। हाँ जी आपदे वल्लों पूरा जोर लावांगे, वध तो वध जिन्ना भी हो सकिया चंगीआं चीज़ां वधिया लोकेशनां सब कुछ करांगे। बाकी तां परमात्मा दे ते स्रोतियां दे हत्थ वस सब कुछ, तुहाडा गाणा तुसी आप ही करना। लो जी हुण ट्रेन लंघ रही है, ये हाल चलो जी। ते नवी जी कहिंदे पार्टी होनी चाहिए, बिल्कुल पार्टी होनी चाहिए है जी। सोंग ऑलरेडी मैं सुना चुकिया, हुण शामा पै गई घरां नूं करदे हां वापसी। रोमांटिक सोंग हो जाए, हा 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 मेरा पानी वाल वेख के रोमांटिक गाना गाउण नूं जी कीता। पानी दियां छल्लां होवण तूं होवें मैं होवां, प्यार दियां गल्लां होवण तू होवें मैं होवां, कुछ गल्लां तू करे कुछ गल्लां मैं करां, मुके ना साडी गलबात। पानी दियां छल्लां होवण तू होवें मैं होवां, प्यार दियां गल्लां होवण तू होवें मैं होवां। ठीक है जी। सो ठीक है फिर कल नूं जां शायद जदों भी टाइम लग्गिया उदों लाइव होके तुहाडे नाल गल्लां बातां करांगे। सो इन्ना कु टाइम साडे लई खराब करन लई तुहाडे बड़ी मेहरबानी, शुक्रिया, धन्नवाद। फिर जल्दी मिलदे हां, सत श्री अकाल जी।